ਮੈਨੂੰ ਉਪਰੋਕਤ ਵਿਸ਼ੇ 'ਤੇ ਪੰਜਾਬ ਸਰਕਾਰ ਦੇ ਤਾਜ਼ਾ ਜਾਰੀ ਹੋਏ ਗਸ਼ਤੀ ਪੱਤਰ ਦਾ ਹਵਾਲਾ ਦੇਣ ਅਤੇ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਕਿਸੇ ਕਰਮਚਾਰੀ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਵਿੱਚ ਲਿਖੇ ਪ੍ਰਤੀਕੂਲ ਇੰਦਰਾਜ ਜੋ ਉਸ ਨੂੰ ਨਿਪੁੰਨਤਾ ਰੋਕ ਪਾਰ ਕਰਨ ਦੀ ਮਿਤੀ ਤੋਂ ਪਹਿਲਾਂ ਕਿਸੇ ਸਮੇਂ ਦੇ ਸੰਬੰਧ ਵਿੱਚ ਮਿਲੇ ਹੋਣ, ਉਹ ਕਿਸੇ ਉਚੇਰੀ ਅਸਾਮੀ ਉੱਤੇ ਤਰੱਕੀ ਵਾਸਤੇ ਉਸ ਦੀ ਯੋਗਤਾ ਦਾ ਨਿਰਣਾ ਕਰਨ, ਉਸ ਨੂੰ ਸੇਵਾ ਵਿੱਚ ਰੱਖੀ ਰੱਖਣ ਜਾਂ ਉਸਨੂੰ ਸੇਵਾ ਤੋਂ ਸਮਾਂ ਪੂਰਵ ਨਿਵਿਰਤ ਕਰਨ ਦੇ ਪ੍ਰਸ਼ਨ ਦਾ ਫੈਸਲਾ ਕਰਨ ਲਈ ਵਿਚਾਰੇ ਜਾ ਸਕਦੇ ਹਨ। ਪਰ ਇਸ ਦਫ਼ਤਰ ਦੇ ਨੋਟਿਸ ਵਿੱਚ ਆਇਆ ਹੈ ਕਿ ਕੁਝ ਵਿਭਾਗਾਂ ਦੁਆਰਾ ਉਕਤ ਹਦਾਇਤਾਂ ਦਾ ਇਹ ਅਰਥ ਕੱਢਿਆ ਜਾ ਰਿਹਾ ਹੈ ਕਿ ਸਮਾਂ ਪੂਰਵ ਨਿਵਿਰਤੀ ਦੇ ਮਾਮਲਿਆਂ 'ਤੇ ਵਿਚਾਰ ਕਰਨ ਸਮੇਂ ਕਿਸੇ ਕਰਮਚਾਰੀ ਦੁਆਰਾ ਉਸ ਸਮੇਂ ਤੋਂ ਜਿਸ ਨਾਲ ਪ੍ਰਤੀਕੂਲ ਟਿੱਪਣੀ ਸੰਬੰਧਿਤ ਹੈ ਪਿੱਛੋਂ ਦੀ ਕਿਸੇ ਮਿਤੀ ਤੋਂ ਨਿਪੁੰਨਤਾ ਰੋਕ ਪਾਰ ਕਰ ਚੁੱਕਣ ਦਾ ਤੱਥ ਉਸ ਪ੍ਰਭਾਵ ਨੂੰ ਬਿਲਕੁਲ ਨਕਾਰਾ ਕਰ ਦਿੰਦਾ ਹੈ ਜੋ ਕਿ ਪ੍ਰਤੀਕੂਲ ਟਿੱਪਣੀ ਦਾ ਸਮਾਂ ਪੂਰਵ ਨਿਵਿਰਤੀ ਦੇ ਪ੍ਰਸ਼ਨ ਉੱਤੇ ਹੋ ਸਕਦਾ ਹੈ ਡੰਡਿੰਗ। ਦੂਜੇ ਪਾਸੇ ਕੁਝ ਵਿਭਾਗਾਂ ਨੇ ਉਕਤ ਹਦਾਇਤਾਂ ਦਾ ਇਹ ਵੀ ਅਰਥ ਕੱਢਿਆ ਹੈ ਕਿ ਕਿਸੇ ਕਰਮਚਾਰੀ ਦੀ ਸਮਾਂ ਪੂਰਵ ਨਿਵਿਰਤੀ ਦੇ ਮਾਮਲੇ 'ਤੇ ਵਿਚਾਰ ਕਰਨ ਸਮੇਂ ਇਸ ਤੱਥ ਤੋਂ ਕਿ ਉਸ ਨੇ ਨਿਪੁੰਨਤਾ ਰੋਕ ਪਾਰ ਕਰ ਲਈ ਹੈ ਬਿਲਕੁਲ ਧਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਡੰਡਿੰਗ। ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਕਾਨੂੰਨ ਵਿਭਾਗ ਦੀ ਰਾਏ ਲੈਣ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਕਰਮਚਾਰੀ ਦੀ ਸਮਾਂ ਪੂਰਵ ਨਿਵਿਰਤੀ ਦੇ ਮਾਮਲੇ 'ਤੇ ਵਿਚਾਰ ਕਰਨ ਸਮੇਂ ਉਸ ਦਾ ਸਮੁੱਚਾ ਸੇਵਾ ਰਿਕਾਰਡ ਪੂਰਨ ਤੌਰ 'ਤੇ ਵਿਚਾਰਿਆ ਜਾਣਾ ਹੁੰਦਾ ਹੈ ਡੰਡਿੰਗ। ਜੇ ਕਿਸੇ ਕਰਮਚਾਰੀ ਨੂੰ ਮਿਲੀ ਕੋਈ ਪ੍ਰਤੀਕੂਲ ਟਿੱਪਣੀ ਅਤੇ ਇਹ ਤੱਥ ਕਿ ਉਸਨੂੰ ਨਿਪੁੰਨਤਾ ਰੋਕ ਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਦੋਵੇਂ ਸੇਵਾ ਰਿਕਾਰਡ ਦਾ ਭਾਗ ਬਣਨਗੇ ਜਿਸਨੂੰ ਕੇ ਵਿਚਾਰਿਆ ਜਾਣਾ ਹੈ ਡੰਡਿੰਗ। ਇਸ ਲਈ ਜਿੱਥੇ ਅਜਿਹੇ ਮਾਮਲੇ ਹੋਣਗੇ ਜਿਨ੍ਹਾਂ ਵਿੱਚ ਕਿਸੇ ਕਰਮਚਾਰੀ ਦਾ ਸਮੁੱਚਾ ਸੇਵਾ ਰਿਕਾਰਡ ਵਿਚਾਰਨ 'ਤੇ ਕੋਈ ਵਿਭਾਗ ਨਿਆਂ ਸੰਗਤ ਰੂਪ ਵਿੱਚ ਇਸ ਸਿੱਟੇ 'ਤੇ ਪਹੁੰਚੇ ਕਿ ਕਿਸੇ ਕਰਮਚਾਰੀ ਨੂੰ ਉਸ ਦੁਆਰਾ ਨਿਪੁੰਨਤਾ ਰੋਕ ਪਾਰ ਕਰ ਚੁੱਕਣ 'ਤੇ ਚੁੱਕਣ ਦੇ ਬਾਵਜੂਦ ਵੀ ਸਮਾਂ ਪੂਰਵ ਨਿਵਿਰਤ ਕਰ ਦਿੱਤਾ ਜਾਵੇ ਡੰਡਿੰਗ। ਉੱਥੇ ਅਜਿਹੇ ਮਾਮਲੇ ਵੀ ਹੋ ਸਕਦੇ ਹਨ ਜਿਨ੍ਹਾਂ ਵਿੱਚ ਕਿਸੇ ਕਰਮਚਾਰੀ ਦੁਆਰਾ ਨਿਪੁੰਨਤਾ ਰੋਕ ਪਾਰ ਕਰ ਚੁੱਕਣ ਦੀ ਗੱਲ ਪਹਿਲਾਂ ਮਿਲੀ ਪ੍ਰਤੀਕੂਲ ਟਿੱਪਣੀ ਨੂੰ ਅਣਡਿੱਠੀ ਕਰਨ ਲਈ ਥੋਥਾ ਕਾਰਨ ਸਮਝੀ ਜਾਵੇ ਡੰਡਿੰਗ। ਇਸ ਲਈ ਕੋਈ ਪੱਕੇ ਅਸੂਲ ਨਿਸ਼ਚਿਤ ਕਰਨੇ ਸੰਭਵ ਨਹੀਂ ਹਨ ਅਤੇ ਹਰੇਕ ਮਾਮਲੇ ਦਾ ਫੈਸਲਾ ਉਸ ਦੇ ਗੁਣ ਦੋਸ਼ਾਂ ਦੇ ਆਧਾਰ ਨੂੰ ਮੁੱਖ ਰੱਖ ਕੇ ਕਰਨਾ ਪਵੇਗਾ ਡੰਡੇ।